आज ही डाउटनेट ऐप डाउनलोड करें। डाउटनेट पर होगा अब आपके सभी मैथ्स, केमिस्ट्री, फिजिक्स और बायोलॉजी डाउट्स का सफाया। बस अपने क्वेश्चन की फोटो खींचो, उसे क्रॉप करो और तुरंत वीडियो सॉल्यूशन पाओ। डाउनलोड नाउ। सत श्री अकाल बच्चों, साडा अज दा सवाल है अ डायगोनल ऑफ अ पैरेललोग्राम डिवाइड्स इट इनटू फोर ट्रायंगल्स ऑफ इक्वल एरिया। ते सब तो पहला असी की देखांगे, जेड़े डायगोनल्स हुंदे ने पैरेललोग्राम दे, ओ एक दूजे नु बाइसेक्ट करदे ने। इहदा मतलब है OD जेड़ा है ओ OB दे इक्वल होवेगा, ते AO जेड़ा है ओ OC दे इक्वल होवेगा। हुण असी सब तो पहला ट्रायंगल ले लैने आ ए बी सी वाला। ए बी सी दे विच जेड़ा ए ओ है ओ ओ सी दे इक्वल है, ते ओ बी जेड़ा है ओ साडा मीडियन हो जाएगा। ते मीडियन की करदा है, मीडियन ट्रायंगल्स नू दो इक्वल पार्ट्स विच डिवाइड करदा है, मतलब उना दा एरिया जेड़ा हैगा ओ इक्वल हुंदा है। एरिया जेड़ा ए ओ बी दा एरिया है ओ बी ओ सी दे इक्वल होवेगा, क्योंकि मीडियन जेड़ा है ਉਹ ਟ੍ਰਾਇੰਗਲਸ ਨੂੰ ਦੋ ਇਕੁਅਲ ਏਰੀਆਜ਼ ਵਿੱਚ ਵੰਡਦਾ ਹੈ। ਇਹ ਸਾਡੀ ਫਸਟ ਇਕੁਏਸ਼ਨ ਮਾਰਕ ਕਰ ਲੈਂਦੇ ਹਾਂ। ਹੁਣ ਅਸੀਂ ਆਪਣਾ ਦੂਜਾ ਟ੍ਰਾਇੰਗਲ ਲੈ ਲੈਂਦੇ ਹਾਂ। ਦੂਜਾ ਟ੍ਰਾਇੰਗਲ ਕਿਹੜਾ ਲਵਾਂਗੇ ਹੁਣ ਅਸੀਂ? ਇਨ ਟ੍ਰਾਇੰਗਲ ਏ ਡੀ ਸੀ, ਇਹਦੇ ਵਿੱਚ ਸਾਡੇ ਕੋਲ ਫਿਰ ਏ ਓ ਇਜ਼ ਇਕੁਅਲ ਟੂ ਓ ਸੀ ਹੈ, ਤੇ ਇਹਦੇ ਵਿੱਚ ਡੀ ਓ ਮੀਡੀਅਨ ਹੈ। ਡੀ ਓ ਜਦ ਮੀਡੀਅਨ ਹੈ ਤੇ ਇਹਦੇ ਵੀ ਜਿਹੜਾ ਓ ਡੀ ਜਿਹੜਾ ਹੈ ਇਹ ਦੋ ਟ੍ਰਾਇੰਗਲਸ ਨੂੰ ਇਹਦਾ ਏਰੀਆ ਜਿਹੜਾ ਹੈ ਉਹ ਇਕੁਅਲ ਹੋਵੇਗਾ। ਏਰੀਆ ਏ ਓ ਡੀ ਦਾ ਇਕੁਅਲ ਹੋਵੇਗਾ ਡੀ ਓ ਸੀ ਦੇ, ਕਿਉਂਕਿ ਮੀਡੀਅਨ ਇਕੁਅਲ ਏਰੀਆਸ ਚ ਡਿਵਾਈਡ ਕਰਦਾ ਹੈ। ਹੁਣ ਅਸੀਂ ਦੇਖਦੇ ਹਾਂ ਆਪਣਾ ਅਗਲਾ ਟ੍ਰਾਇੰਗਲ ਲੈਂਦੇ ਹਾਂ ਏ ਬੀ ਡੀ। ਇਹਦੇ ਵਿੱਚ ਸਾਨੂੰ ਦੇ ਰੱਖਿਆ ਹੈ ਬੀ ਓ ਇਜ਼ ਇਕੁਅਲ ਟੂ ਓ ਡੀ, ਤੇ ਇਹਦੇ ਵਿੱਚ ਏ ਓ ਜਿਹੜਾ ਹੈ ਉਹ ਮੀਡੀਅਨ ਹੈ। ਜਦ ਏ ਓ ਮੀਡੀਅਨ ਹੈ ਤੇ ਇਹ ਕਿਹੜੇ ਦੋ ਟ੍ਰਾਇੰਗਲਸ ਬਣ ਰਹੇ ਨੇ? ਇੱਕ ਡੀ ਓ ਏ ਤੇ ਇੱਕ ਏ ਓ ਬੀ, ਇਹਨਾਂ ਦਾ ਏਰੀਆ ਇਕੁਅਲ ਹੋਵੇਗਾ। ਏਰੀਆ ਆਫ ਏ ਓ ਡੀ ਇਜ਼ ਇਕੁਅਲ ਟੂ ਏਰੀਆ ਆਫ ਏ ਓ ਬੀ। ਇਹ ਹੋ ਗਈ ਸਾਡੀ ਥਰਡ ਇਕੁਏਸ਼ਨ। ਠੀਕ ਹੈ ਬੱਚੋ, ਹੁਣ ਅਸੀਂ ਲਾਸਟ ਟ੍ਰਾਇੰਗਲ ਵੀ ਲੈ ਲੈਂਦੇ ਹਾਂ ਆਪਣਾ, ਫਿਰ ਅਸੀਂ ਇਕੁਏਟ ਕਰਾਂਗੇ। ਇਨ ਟ੍ਰਾਇੰਗਲ ਏ ਪਰ ਬੀ ਡੀ ਸੀ ਵਾਲਾ ਟ੍ਰਾਇੰਗਲ ਲੈ ਲੈਂਦੇ ਹਾਂ। ਬੀ ਡੀ ਸੀ ਦੇ ਵਿੱਚ ਅਗੇਨ ਬੀ ਓ ਇਜ਼ ਇਕੁਅਲ ਟੂ ਡੀ ਓ ਹੋਏਗਾ, ਤੇ ਇਹਦੇ ਵਿੱਚ ਕਿਹੜਾ ਮੀਡੀਅਨ ਹੋਏਗਾ? ਸੀ ਓ ਮੀਡੀਅਨ ਹੋਏਗਾ। ਇਹ ਕਿਹੜੇ ਏਰੀਆਜ਼ ਨੂੰ ਇਕੁਅਲ ਪਾਰਟ ਵਿੱਚ ਡਿਵਾਈਡ ਕਰੇਗਾ? ਇਹਦੇ ਵਿੱਚ ਡੀ ਓ ਸੀ ਤੇ ਸੀ ਓ ਬੀ ਬਣ ਰਹੇ ਨੇ, ਤੇ ਉਹਦਾ ਏਰੀਆ ਇਕੁਅਲ ਹੋਏਗਾ। ਡੀ ਓ ਸੀ ਇਜ਼ ਇਕੁਅਲ ਟੂ ਏਰੀਆ ਆਫ ਸੀ ਓ ਬੀ। ਇਹ ਸਾਡੀ ਫੋਰਥ ਇਕੁਏਸ਼ਨ ਹੋ ਗਈ। ਹੁਣ ਅਗਰ ਅਸੀਂ ਆਪਣੀ ਫਸਟ ਇਕੁਏਸ਼ਨ ਤੇ ਥਰਡ ਇਕੁਏਸ਼ਨ ਨੂੰ ਦੇਖੀਏ, ਇਹਦੇ ਵਿੱਚ ਏਰੀਆ ਆਫ ਏ ਓ ਬੀ ਔਰ ਏਰੀਆ ਆਫ ਏ ਓ ਬੀ ਦੋਨੋ ਆ ਰਹੇ ਨੇ, ਤੇ ਇਹਦਾ ਮਤਲਬ ਹੈ ਬੀ ਓ ਸੀ ਔਰ ਏ ਓ ਡੀ ਆਪਸ ਵਿੱਚ ਇਕੁਅਲ ਹੋ ਜਾਣਗੇ। ਫਰੋਮ ਵਨ ਐਂਡ ਥ੍ਰੀ ਏਰੀਆ ਆਫ ਬੀ ਓ ਸੀ ਇਜ ਇਕੁਅਲ ਟੂ ਏਰੀਆ ਆਫ ਏ ਓ ਡੀ। ਹੁਣ ਅਗਰ ਅਸੀਂ ਦੇਖੀਏ ਬੀ ਓ ਸੀ ਤੇ ਏ ਓ ਡੀ, ਏ ਓ ਡੀ ਕਿਹਦੇ ਇਕੁਅਲ ਸੀ? ਸੈਕਿੰਡ ਇਕੁਏਸ਼ਨ ਚੋ ਡੀ ਓ ਸੀ ਦੇ, ਤੇ ਡੀ ਓ ਸੀ ਫੋਰਥ ਇਕੁਏਸ਼ਨ ਚੋ ਦੇਖੀਏ ਕਿਹਦੇ ਇਕੁਅਲ ਸੀ? ਸੀ ਓ ਬੀ ਦੇ। ਸੀ ਓ ਬੀ ਤੇ ਬੀ ਓ ਸੀ ਇਹ ਦੋਨੋ ਵੈਸੇ ਸੇਮ ਨੇ ਟ੍ਰਾਇੰਗਲਸ। ਆਪਾਂ ਹੁਣ ਦੇਖੀਏ ਤੇ ਇਹਦਾ ਚਾਰੋ ਟ੍ਰਾਇੰਗਲਸ, ਜਿਹੜੇ ਚਾਰ ਟ੍ਰਾਇੰਗਲਸ ਬਣ ਰਹੇ ਸੀ ਉਹ ਚਾਰੋ ਇਕੁਅਲ ਆ ਚੁੱਕੇ ਨੇ। ਠੀਕ ਹੈ ਬੱਚੋ, ਹੁਣ ਇਹ ਸਾਰੇ ਸੀ ਓ ਬੀ ਜਿਹੜਾ ਹੈ ਉਹ ਕਿਹਦੇ ਇਕੁਅਲ ਸੀ? ਫਸਟ ਇਕੁਏਸ਼ਨ ਚ ਏ ਓ ਬੀ ਦੇ। ਇਹ ਜਿਹੜੇ ਦੋਨੋ ਨੇ ਇਹ ਦੋ ਵਾਰੀ ਆ ਗਏ ਨੇ, ਏਰੀਆ ਆਫ ਸੀ ਓ ਬੀ ਏਰੀਆ ਆਫ ਬੀ ਓ ਸੀ ਇਹ ਸੇਮ ਹੁੰਦਾ। ਇਸ ਲਈ ਹੁਣ ਅਸੀਂ ਦੇਖਿਆ ਕਿ ਜਿਹੜਾ ਪੈਰਲੋਗ੍ਰਾਮ ਸੀ ਉਹਨੇ ਕੀ ਕੀਤਾ ਹੈ, ਏਰੀਆਜ਼ ਨੂੰ ਫੋਰ ਇਕੁਅਲ ਏਰੀਆਜ਼ ਵਿੱਚ ਡਿਵਾਈਡ ਕੀਤਾ ਹੈ। ਡਿਵਾਈਡ ਦ ਟ੍ਰਾਇੰਗਲ ਇਨਟੂ ਫੋਰ ਇਕੁਅਲ ਏਰੀਆਜ਼। ਥੈਂਕ ਯੂ। ਕਲਾਸ 6 ਤੋਂ 12 ਤੋਂ ਲੈ ਕੇ ਨੀਟ ਆਈ ਆਈ ਟੀ ਜੇਈ ਮੇਨਸ ਔਰ ਐਡਵਾਂਸ ਕੇ ਲੈਵਲ ਤੱਕ 10 ਮਿਲੀਅਨ ਸੇ ਜ਼ਿਆਦਾ ਸਟੂਡੈਂਟਸ ਕਾ ਭਰੋਸਾ। ਆਜ ਹੀ ਡਾਊਨਲੋਡ ਕਰੇ ਡਾਊਟਨੈਟ ਐਪ ਜਾਂ ਵਟਸਐਪ ਕੀਜੀਏ ਆਪਣੇ ਡਾਊਟਸ 8400400400 ਪਰ।